ਬਾਈ ਸਿੱਧੂ ਦਾ ਗਾਣਾ ਆ ਰਿਹਾ ਪਤਾ ਤੁਹਾਨੂੰ? ਹਾਂਜੀ ਵੀਰੇ, 30 ਤਰੀਕ ਨੂੰ ਆ ਰਿਹਾ। ਕਰਨ ਔਜਲਾ ਖੜਾ, ਉਹਨੇ ਪਹਿਲਾਂ ਇੱਧਰ ਦੇਖਿਆ, ਫਿਰ ਇੱਧਰ ਦੇਖਿਆ, ਫਿਰ ਇੱਧਰ ਦੇਖਿਆ, ਫਿਰ ਹੱਸਿਆ ਵੀ ਯਾਰ ਮੈਂ ਅਚੀਵ ਕਰ ਲਿਆ। ਅਚੀਵ ਕਰ ਲਿਆ ਸੱਚ ਦੀ ਗੱਲ ਕਰ ਰਿਹਾ ਬਈ। ਸਾਰਥੀ ਕੇ ਨੂੰ ਹਾਰਟ ਅਟੈਕ ਆਇਆ ਬਾਈ ਕੈਨੇਡਾ ਦੇ ਵਿੱਚ। ਹਾਂਜੀ ਵੀਰੇ, ਰੋਨਾਲਡੋ, ਕ੍ਰਿਸਟੀਆਨੋ ਰੋਨਾਲਡੋ, ਕ੍ਰਿਸਟੀਆਨੋ ਰੋਨਾਲਡੋ ਨਾਮ ਵੀ ਇਹਨਾਂ ਲੈਣਾ ਜਾਣੀ ਹੁੰਦਾ। ਉਹਨੇ ਬਾਈ ਨੇ ਯੂਟਿਊਬ 'ਤੇ ਚੈਨਲ ਬਣਾਇਆ, 15 ਘੰਟੇ 'ਚ ਸਿਰਫ 15 ਮਿਲੀਅਨ ਸਬਸਕ੍ਰਾਈਬਰ ਬਾਲੀਵੁੱਡ ਦਾ, ਹੈ ਨਾ। ਉਹ ਇੱਕ ਕੰਟਰੋਵਰਸੀ ਚੱਲ ਰਹੀ ਉਹਦੇ ਖਿਲਾਫ। ਉਹਨੇ ਨੇ ਇੱਕ ਇੰਟਰਵਿਊ 'ਚ ਕਹਿਤਾ ਵੀ ਭਾਰਤ ਦੇ ਵਿੱਚ ਕੁੜੀਆਂ, ਜਵਾਕ ਅਤੇ ਐਨੀਮਲ ਸੇਫ ਨਹੀਂ ਹੈਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਆ ਪਰਮੀਰ ਰੱਖੜਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਐਮੀ ਰੱਖੜਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਅੱਜ ਦੇ ਆਪਣੇ ਪੋਡਕਾਸਟ ਵਿੱਚ। ਅੱਜ ਆਪਾਂ ਕੁਝ ਟੋਪਿਕ 'ਤੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਐਮੀ ਬਾਈ, ਕੀ ਹਾਲ ਆ ਤੁਹਾਡਾ? ਬਾਈ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ ਨੇ? ਸਭ ਵਧੀਆ ਰੇ। ਸਾਨੂੰ ਪੋਡਕਾਸਟ ਬਣਾਉਣ ਵਿੱਚ ਇੰਨੀ ਜ਼ਿਆਦਾ ਔਖਾ ਹੁੰਦਾ ਨਾ, ਅਸਲ 'ਚ ਅਸੀਂ ਇੱਥੇ ਸਾਡੇ ਥੇ ਆ, ਥੇ ਮਤਲਬ ਇੱਕ ਨਾ ਟਿੱਬਾ ਆ, ਟਿੱਬੇ ਦੇ ਉੱਤੇ ਮਾੜੀ ਆ, ਮਾੜੀ ਹੈ ਨਾ। ਉੱਥੇ ਹੁਣ ਮੇਲਾ ਆ 26 ਤਰੀਕ ਦੇ, 27 ਤਰੀਕ ਦਾ ਮੇਲਾ ਆ। ਉੱਥੇ ਸਾਫ਼ ਸਫਾਈ ਚੱਲ ਰਹੀ ਆ, ਉਹ ਤੋਂ ਬਿਨਾਂ ਸਾਡੇ ਲਵੇ ਕੋਈ ਜਗ੍ਹਾ ਨਹੀਂ ਹੈਗੀ ਜਿੱਥੇ ਅਸੀਂ ਪੋਡਕਾਸਟ ਬਣਾ ਸਕੀਏ। ਅਤੇ ਆਹ ਹੁਣ ਮਸਾਂ ਇੱਕ ਜਗ੍ਹਾ ਲੱਭੀ ਹੈ ਸਾਨੂੰ ਇੱਥੇ, ਇਹ ਵੀ ਸਾਨੂੰ ਇਹ ਨਹੀਂ ਪਤਾ ਵੀ ਕਦੋਂ ਜ਼ਮੀਨ ਵਾਲਾ ਆ ਜਾਵੇ ਅਤੇ ਸਾਨੂੰ ਪੋਡਕਾਸਟ ਬੰਦ ਕਰਨਾ ਪਵੇ। ਤਾਂ ਚਲੋ ਬਾਈ, ਇਹ ਤਾਂ ਚੱਲਦਾ ਰਹਿੰਦਾ ਜ਼ਿੰਦਗੀ 'ਚ। ਸੋ ਬਾਈ, ਸਿੱਧੂ ਦਾ ਗਾਣਾ ਆ ਰਿਹਾ ਪਤਾ ਤੁਹਾਨੂੰ? ਹਾਂਜੀ ਵੀਰੇ, 30 ਤਰੀਕ ਨੂੰ ਆ ਰਿਹਾ। 30 ਤਰੀਕ ਨੂੰ ਆ ਰਿਹਾ ਸਿੱਧੂ ਦਾ ਗਾਣਾ। ਹੁਣ ਜੋ ਮਾਹੌਲ ਆ ਇਹ ਆ ਵੀ ਮੇਲੇ ਵਾਲਾ ਮਾਹੌਲ ਪੂਰਾ ਯੂਟਿਊਬ ਦੇ ਉੱਤੇ, ਵੀ ਨਾ ਲੋਕ ਸੁਣਨ ਨੂੰ, ਆਵਾਜ਼ ਸੁਣਨ ਨੂੰ ਨਾ ਤਰਸੇ ਹੋਏ ਨੇ ਬਾਈ ਦੀ। ਹਾਂ ਸਹੀ ਗੱਲ ਆ ਵੀਰੇ, ਸਹੀ ਗੱਲ ਆ। ਤੇ ਬਾਈ ਦੇ ਗਾਣੇ ਦਾ ਨਾਮ ਆ ਅਟੈਚ, ਅਟੈਚ, ਤੇ ਇਹਦੇ ਵਿੱਚ ਸਟੀਲ ਬੈਂਗਲ ਤੇ ਇੱਕ ਬਾਰਲਾ ਹੋਆ, ਨਹੀਂ ਐਕਸਪ੍ਰੈਡੋ, ਉਹ ਰੈਪਰ ਆ। ਉਹਦੇ ਵੀ ਮੈਂ ਦੇਖਿਆ ਵਧੀਆ, 1.5 ਮਿਲੀਅਨ ਇੰਸਟਾਗ੍ਰਾਮ ਤੇ ਉਹਦੇ ਫੋਲੋਅਰ ਹੈਗੇ ਆ। ਹਾਂ 1.5 ਮਿਲੀਅਨ। ਤੇ ਗਾਣਾ ਇਹ ਲੀਕ ਤਾਂ ਨਹੀਂ ਹੋਇਆ? ਇਹ ਗਾਣਾ ਨਹੀਂ, ਇਹ ਲੀਕ ਹੋਇਆ ਹੋਇਆ ਲੀਕ ਨਹੀਂ ਹੋਇਆ ਨਾ? ਨਾ, ਬਿਲਕੁਲ ਨਵਾਂ ਗਾਣਾ, ਫਰੈਸ਼ ਗਾਣਾ ਆ ਰਿਹਾ। ਉਸ ਦਿਨ ਪੂਰੀ ਪਾਲਟੀ ਪੁਲਟੀ ਕਰਾਂਗੇ, ਪੂਰੀ ਜਿਸ ਦਿਨ ਨਾ ਮੂਸੇਵਾਲੇ ਦਾ ਗਾਣਾ ਆਇਆ ਸਾਰੇ ਬੈਠਾਂਗੇ। ਸਹੀ ਗੱਲ ਆ, ਸਹੀ ਗੱਲ ਆ। ਉਦੋਂ ਸੁਣਾਂਗੇ ਬਾਈ ਦਾ ਗਾਣਾ ਬਾਈ ਦੀ। ਬਾਈ ਦੇ ਗਾਣੇ ਦੀ ਕੀ ਲੱਗਦਾ ਵੀ ਪੂਰਾ ਗਾਣਾ ਹੋਊਗਾ ਜਾਂ ਵਿੱਚ ਪੈਰਾ ਹੋਊਗਾ ਇੱਕ? ਨਹੀਂ ਬਾਈ ਦਾ ਮੈਨੂੰ ਲੱਗਦਾ ਇੱਕ ਵਾਰ ਇੱਕ ਹੀ ਹੋਣਾ ਸ਼ਾਇਦ, ਕਿਉਂਕਿ ਤਿੰਨ ਨੇ ਨਾ ਆਰਟਿਸਟ ਇਹਦੇ ਵਿੱਚ, ਤਿੰਨਾਂ ਦਾ ਕੀ ਹੋ ਸਕਦਾ। ਸਟੀਲ ਬੈਂਗਰ ਰੈਪ ਤਾਂ ਨਹੀਂ ਕਰਦਾ ਯਾਰ? ਨਹੀਂ ਨਹੀਂ ਰੈਪ ਨਹੀਂ ਕਰਦਾ, ਉਹ ਕਰਨ ਔਜਲੇ ਦੇ ਸ਼ੋਅ ਬਾਈ, ਉਹ ਤਾਂ ਕਿਆ ਬਾਤ ਹੈ ਬਾਈ। ਮੈਂ ਨਾ ਕੱਲ ਵੀਡੀਓ ਦੇਖ ਰਿਹਾ, ਕਰਨ ਔਜਲਾ ਪੂਰੀ ਭੀੜ ਭੂੜ ਪੂਰੀ ਜਮੀ ਹੋਈ, ਕਰਨ ਔਜਲਾ ਖੜਾ, ਉਹਨੇ ਪਹਿਲਾਂ ਇੱਧਰ ਦੇਖਿਆ, ਫਿਰ ਇੱਧਰ ਦੇਖਿਆ, ਫਿਰ ਇੱਧਰ ਦੇਖਿਆ, ਫਿਰ ਹੱਸਿਆ ਵੀ ਯਾਰ ਮੈਂ ਅਚੀਵ ਕਰ ਲਿਆ, ਅਚੀਵ ਕਰ ਲਿਆ। ਸੱਚੀ ਗੱਲ ਆ ਬਾਈ, ਉਹ ਮੈਂ ਕਹਿੰਦਾ ਉਹ ਵੀਡੀਓ ਦੇਖ ਕੇ ਮੈਨੂੰ ਇੰਨੀ ਕੁ ਜ਼ਿਆਦਾ ਵਧੀਆ ਲੱਗਿਆ ਵੀ ਆਪਣਾ ਕੋਈ ਪੰਜਾਬੀ ਮੁੰਡਾ ਹੈ ਨਾ ਉੱਥੇ ਖੜਾ, ਹਜ਼ਾਰਾਂ ਦੀ ਗਿਣਤੀ 'ਚ ਸਟੇਡੀਅਮ ਭਰਿਆ ਹੋਇਆ ਸਾਰਾ ਬਾਈ, ਸਾਰਾ ਸੋਲਡ ਆਊਟ ਸੀ। ਤੇ ਵਧੀਆ ਲੱਗਦਾ ਬਈ ਜਦੋਂ ਆਪਣਾ ਕੋਈ ਪੰਜਾਬੀ ਹੈ ਨਾ ਇੱਥੇ ਤੱਕ ਜਾਂਦਾ। ਤੇ ਬਾਈ ਇੱਕ ਗੱਲ ਸੁਣੀ, ਉਹਦੀ ਲਾਈਵ ਦੇ ਵਿੱਚ ਕਹਿੰਦਾ ਹੁੰਦਾ ਹੈ ਨਾ ਵੀ ਜੋ ਚੀਜ਼ ਵੀ ਅਚੀਵ ਕਰਨੀ ਹੈ ਨਾ ਆਪਣੇ, ਦੱਸਦਾ ਹੁੰਦਾ ਵੀ ਮਾਤਾ ਪਿਤਾ ਤਾਂ ਇੱਦਾਂ ਉਹ ਕਰੋ ਵੀ, ਠੀਕ ਆ ਵੀ ਮੈਂ ਉਹ ਚੀਜ਼ਾਂ ਨੂੰ ਬੜੀਆਂ ਮਿਸ ਕਰੀਆਂ ਨੇ, ਮੈਨੂੰ ਬੜੀ ਵਧੀਆ ਲੱਗੀ ਉਹਦੀ ਚੀਜ਼ ਲਾਈਵ ਦੇ ਵਿੱਚ ਜਦੋਂ ਚੀਜ਼ ਕਰਦਾ। ਇੱਕ ਚੀਜ਼ ਹੋਰ ਆ ਯਾਰ, ਉਹਦੇ ਨਾਲ ਨਾ ਥੋੜ੍ਹਾ ਜਿਹਾ ਕਰਨ ਔਜਲੇ ਨਾਲ ਪਰਸਨਲ ਅਟੈਚਮੈਂਟ ਬਹੁਤ ਆ, ਬਹੁਤ ਜ਼ਿਆਦਾ ਬਾਈ। ਜਿਵੇਂ ਕਰਨ ਔਜਲੇ ਨਾ ਆਪਣੇ ਮੰਮੀ ਡੈਡੀ ਨੂੰ ਨਹੀਂ ਭੁੱਲਦਾ, ਨਹੀਂ ਭੁੱਲ ਸਕਦਾ ਵੀਰੇ। ਹਾਂ, ਤੇ ਇੱਕ ਗਾਣੇ 'ਚ ਲੈਣ ਵੀ ਆ ਕਦਰ, ਉਹਨਾਂ ਨੂੰ ਪੁੱਛੋ ਜਿਹਨਾਂ ਕੋਲ ਮੰਮੀ ਅਤੇ ਡੈਡੀ ਐਜੂਕੇਸ਼ਨ ਲੈਣਾ, ਬਹੁਤ ਇਮੋਸ਼ਨਲ ਗਾਣਾ ਉਹ ਵੀ। ਤੇ ਪਰ ਯਾਰ ਦਿਲ 'ਚ ਇੱਕ ਅਫਸੋਸ ਪਤਾ ਕੀ ਆ,
ਸਿੱਧੂ ਦਾ ਦੇਖਣਾ ਪਿਆ ਸਿੱਧੂ ਦਾ ਸਹੀ ਗੱਲ ਆ ਉਹ ਚੀਜ਼ ਬੜੀ ਮਿਸਿੰਗ ਰਹਿ ਗਈ ਹਨਾ ਹਰ ਇੱਕ ਮੈਂ ਸੋਚਿਆ ਹੋਇਆ ਸੀ ਯਾਰ ਮੈਂ ਨਾ ਸੱਜੇ ਦਿੜਬੇ ਵੀ ਜਾਣਾ ਸੀ ਮੇਰੇ ਨਾਲ ਉਸ ਟਾਈਮ ਕੋਈ ਜਾਣ ਵਾਲਾ ਨਹੀਂ ਹੈਗਾ ਸੀ ਦਿੜਬੇ ਆਪਾਂ ਵੀ ਸੋਚਿਆ ਸੀ ਜਾਣ ਵਾਲਾ ਪਰ ਅੱਜ ਮੈਨੂੰ ਇੰਨਾ ਅਫਸੋਸ ਹੁੰਦਾ ਵੀ ਮੈਂ ਕਾਸ਼ ਕਿਤੇ ਚੱਲ ਜਾਂਦੇ ਉਹ ਲਾਈਵ ਕੇ ਸੀ ਸਿੱਧੂ ਭਾਈ ਨੂੰ ਮਿਲੇ ਵੀ ਸੀ ਸਿੱਧੂ ਦੇ ਗਏ ਦੋਨੋਂ ਗਏ ਸੀ ਆਪਾਂ ਤੇ ਪਹਿਲਾਂ ਅਸੀਂ ਕੋਈ ਮਤਲਬ ਸੁਣਦੇ ਤੇ ਗਾਣੇ ਮਤਲਬ ਕੋਈ ਇੰਨਾ ਜ਼ਿਆਦਾ ਉਹ ਨਹੀਂ ਹੈਗੀ ਸੀ ਆਪਾਂ ਨੂੰ ਅਟੈਚਮੈਂਟ ਜੀ ਨਹੀਂ ਸੀ ਬਟ ਜਦੋਂ ਆਪਾਂ ਗਏ ਉਦੋਂ ਬਾਈ ਦਾ ਮਿਲਣ ਦਾ ਤਰੀਕਾ ਹੀ ਇੱਦਾਂ ਬਸ ਉਹ ਚੀਜ਼ ਨੇ ਆਕਰਸ਼ਿਤ ਕਰਤਾ ਵੀ ਕਿਆ ਵਾਕਈ ਯਾਰ ਕੋਈ ਐਡਾ ਵੱਡਾ ਬਿੱਲ ਬਿੱਲ ਤੇ ਆਰਟਿਸਟ ਹੈ ਸਭ ਤੋਂ ਬੜੀ ਗੱਲ ਉਸ ਟਾਈਮ ਕੋਰੋਨਾ ਦਾ ਟਾਈਮ ਸੀ ਕੋਰੋਨਾ ਦਾ ਟਾਈਮ ਸੀ ਆਮ ਸਿੰਗਰ ਬੰਦੇ ਨੂੰ ਲਵੇ ਵੀ ਨਹੀਂ ਲੱਗਦੇ ਲੱਗਣ ਹੁੰਦੇ ਸੀ ਤੇ ਬਾਈ ਉਹ ਡਾਰਲਿੰਗ ਕੀ ਹਾਲ ਹੈ ਹਨਾ ਉਹ ਚੀਜ਼ ਆ ਜਦੋਂ ਗਏ ਆਪਾਂ ਇਧਰੋਂ ਫੋਟੋ ਖਿੱਚ ਲਓ ਹਨਾ ਬੜਾ ਯਾਰ ਤੇ ਉਹ ਤੇ ਮੈਂ ਤੈਨੂੰ ਦੱਸਿਆ ਵੀ ਜਿਹੜਾ ਮੇਰੇ ਨਾਲ ਸੀਨ ਹੋਇਆ ਸੀ ਅਸਲ 'ਚ ਕੀ ਹੋਇਆ ਨਾ ਉੱਥੇ ਇਕੱਠ ਬਹੁਤ ਹੋ ਗਿਆ ਅਤੇ ਮੈਂ ਨਾ ਕੀ ਕਰਿਆ ਐਵੇਂ ਫੋਨ ਕਰਕੇ ਖੜ ਗਿਆ ਸਿੱਧੂ ਬਾਈ ਦੇ ਕੋਲ ਵੀ ਜਦੋਂ ਸਿੱਧੂ ਬਾਈ ਨੇ ਫੇਸ ਘੁਮਾਇਆ ਹਨਾ ਮੈਂ ਜਿਹਦੀ ਸੈਲਫੀ ਖਿੱਚ ਲੈਣੀ ਆ ਵੀ ਮੈਨੂੰ ਇਹ ਲੱਗੇ ਵੀ ਸੈਲਫੀ ਦੇ ਵਿੱਚ ਨਾ ਵੀ ਸਿੱਧੂ ਬਾਈ ਨੇ ਮੇਰੇ ਨਾਲ ਫੋਟੋ ਖਿਚਾਈ ਆ ਤੇ ਮੈਂ ਖੜ ਗਿਆ ਚਲੋ ਗਰਮੀ ਦਾ ਟਾਈਮ ਪੂਰਾ ਜੂਨ ਦਾ ਮਹੀਨਾ ਜੂਨ ਦਾ ਮਹੀਨਾ 10 ਤਰੀਕ 10 ਜੂਨ ਹਾਂ 10 ਜੂਨ 10 ਜੂਨ ਇੱਕ ਦਿਨ ਪਹਿਲਾਂ ਸੀ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਤੇ ਮੈਂ ਕੈਮਰਾ ਕਰਕੇ ਖੜ ਗਿਆ ਤੇ ਬਾਈ ਨੇ ਜਦੋਂ ਘੁੰਮਿਆ ਹਨਾ ਸਿੱਧੂ ਬਾਈ ਨੇ ਦੇਖਿਆ ਵੀ ਇਹ ਕੈਮਰਾ ਕਰਕੇ ਖੜਾ ਆ ਵੀ ਚਲੋ ਬਾਈ ਨੇ ਕੁੜਤਾ ਸੈੱਟ ਕਰਿਆ ਐਂ ਕਰਕੇ ਖੜ ਗਿਆ ਬਾਈ ਉਹ ਮੈਂ ਘਬਰਾ ਗਿਆ ਮੈਥੋਂ ਨਾ ਬਟਨਾ ਦੱਬਿਆ ਗਿਆ ਉਹ ਸੈਲਫੀ ਵਾਲਾ ਬਟਨ ਨਹੀਂ ਦੱਬਿਆ ਗਿਆ ਤੇ ਬਾਈ ਯਾਰ 10-15 ਸਕਿੰਟ ਖੜਾ ਰਿਹਾ ਜਦੋਂ ਬਾਈ ਨੇ ਦੇਖਿਆ ਵੀ ਫੋਟੋ ਖਿੱਚੀ ਗਈ ਉਹ ਤੋਂ ਬਾਅਦ ਫੇਸ ਘੁਮਾਇਆ ਤੇ ਡਾਊਨ ਟੂ ਅਰਥ ਇਹਨਾਂ ਵਿੱਚ ਵਿੱਚ ਦਾ ਆਪਾਂ ਵੀ ਗੱਲਾਂ ਕਰ ਰਹੇ ਤੇ ਨਾ ਬਾਈ ਨੂੰ ਯਾਰ ਦੱਸੋ ਵੀ ਤੂੰ ਸੁਪਰ ਸਟਾਰ ਆ ਹਨਾ ਥੋੜ੍ਹੀ ਜਿਹੀ ਆਕੜ ਦਿਖਾ ਥੋੜ੍ਹਾ ਜਿਹਾ ਐਟੀਟਿਊਡ ਵਿੱਚ ਰਹੇ ਸ਼ਾਇਦ ਬਾਈ ਇੱਕ ਬਾਈ ਨੂੰ ਉਹੀ ਚੀਜ਼ ਲੈ ਕੇ ਬੈਠੀ ਆ ਜਿੱਥੇ ਤੱਕ ਬੈਠੀ ਆ ਹਨਾ ਹਰ ਇੱਕ ਨਾਲ ਮਤਲਬ ਵੀ ਉਹਦਾ ਪਿਆਰ ਹੀ ਇੰਨਾ ਸੀ ਖਾਲੀ ਕੋਈ ਜਾਂਦਾ ਹੀ ਨਹੀਂ ਸੀ ਯਾਰ ਜੇ ਕੋਈ ਮਤਲਬ ਉਹ ਇੱਕ ਮੈਂ ਸੋਚਦਾ ਮੇਰੇ ਅਕੋਰਡਿੰਗ ਵੀ ਉਹ ਪਹਿਲਾ ਆਰਟਿਸਟ ਹੋਊਗਾ ਹਨਾ ਜਿਹਨੇ ਸਾਰੇ ਆਰਟਿਸਟਾਂ ਤੋਂ ਵੱਧ ਫੋਟੋ ਖਿਚਾਈਆਂ ਹੋਣੀਆਂ ਯਾਰ ਕੋਈ ਮੋੜਦਾ ਹੀ ਨਹੀਂ ਸੀ ਕਿਸੇ ਨੂੰ 200 ਜਾਣਾ ਆ ਗਿਆ ਉਹਨੇ ਤੁਸੀਂ ਇਹ ਲਾ ਦਿਓ ਵੀ ਇੱਕ ਬੰਦਾ ਪਰ ਪਰਸਨ ਤੁਸੀਂ ਇੱਕ ਬੰਦੇ ਨੇ ਫੋਟੋ ਕਲਿੱਕ ਕੀਤੇ ਤੇ ਪਰ ਜੇ 200 ਜਾਣਾ ਆ ਰਿਹਾ ਤਾਂ ਦੇਖ ਲਾ ਲਓ ਹਿਸਾਬ ਹਨਾ ਅਰ ਇੱਕ ਗੱਲ ਤੈਨੂੰ ਹੋਰ ਯਾਦ ਆ ਜਦੋਂ ਆਪਾਂ ਬਾਹਰ ਗਰਮੀ 'ਚ ਬੈਠੇ ਤੇ ਸ਼ੌਂ 'ਚ ਤਿੰਨ ਵਾਰ ਪਾਣੀ ਆਇਆ ਤਿੰਨ ਵਾਰ ਪਾਣੀ ਆਇਆ ਮੰਮੀ ਉਹਦੇ ਸਿੱਧੂ ਮੂਸੇਵਾਲ ਦੇ ਮੰਮੀ ਡੈਡੀ ਨੇ ਸਪੈਸ਼ਲ ਰੈਪਰ ਹਨਾ ਪਾਣੀ ਭੇਜਿਆ ਸਾਡੇ ਲਈ ਵੀ ਜਵਾਕਾਂ ਨੂੰ ਪਾਣੀ ਪਿਲਾ ਕੇ ਲੈ ਕੇ ਆਓ ਤੇ ਉਹਦਾ ਡੈਡੀ ਬਾਰ ਬਾਰ ਆ ਰਹੇ ਸੀ ਆਪਣੇ ਲਵੇ ਵੀ ਪੁੱਤ ਸਿੱਧੂ ਬਾਹਰ ਗਿਆ ਹੋਇਆ ਵੀ 2-3 ਵਜੇ ਆਊਗਾ ਵੀ ਤੇ ਉਦੋਂ ਸਾਨੂੰ ਇੱਕ ਗੱਲ ਵੀ ਕਹੀ ਸੀ ਉਹਦੇ ਬਾਪੂ ਨੇ ਤੈਨੂੰ ਯਾਦ ਆ ਉਹ ਕਹਿੰਦਾ ਸੀ ਕਹਿੰਦਾ ਉਹਦਾ ਬਾਪੂ ਕਹਿੰਦਾ ਸਿੱਧੂ ਮੂਸੇਵਾਲ ਦਾ ਵੀ ਪੁੱਤ ਸਾਡੇ ਅੰਦਰ ਜਗ੍ਹਾ ਨਹੀਂ ਹੈਗੀ ਕਹਿੰਦਾ ਨਹੀਂ ਅਸੀਂ ਤੁਹਾਨੂੰ ਅੰਦਰ ਬਿਠਾ ਦਿੰਦੇ ਕਹਿੰਦਾ ਸਾਨੂੰ ਐਂ ਹੱਥ ਜੋੜ ਕੇ ਕਹਿੰਦਾ ਮਾਫ਼ ਕਰਿਓ ਵੀ ਤੁਹਾਨੂੰ ਧੁੱਪੇ ਬੈਠਣਾ ਪੈ ਰਿਹਾ ਉਹਨਾਂ ਦੇ ਬਰੋਟਾ ਜਾ ਘਰ ਮੂਰੇ ਪਰ ਜਦੋਂ ਅਸੀਂ ਉਹ ਚੀਜ਼ਾਂ ਫੀਲ ਕਰੀਆਂ ਸਾਨੂੰ ਲੱਗਿਆ ਯਾਰ ਵੀ ਐਵੇਂ ਵੀ ਹੋ ਸਕਦਾ ਨਾ ਵੀ ਬੰਦਾ ਇੰਨਾ ਵੀ ਡਾਊਨ ਟੂ ਅਰਥ ਹੋ ਸਕਦਾ ਤੇ ਜੋ ਬਾਈ ਨਾਲ ਹੋਇਆ ਯਾਰ ਉਹ ਤਾਂ ਸਦੀ ਦੀ ਸਭ ਤੋਂ ਮਾੜੀ ਜੋ ਹੋਇਆ ਤੇ ਰੋਟੀ ਨੀ ਚੰਗੀ ਲੱਗੀ ਨਾ ਕਿੰਨੇ ਦਿਨ ਚਲੋ ਆਪਾਂ ਇਹੀ ਦੁਆ ਕਰਦੇ ਹਾਂ ਵੀ ਬਾਈ ਨੂੰ ਇਨਸਾਫ ਮਿਲੇ ਜ਼ਰੂਰ ਸਿੰਗਰਾਂ ਦੀ ਗੱਲ ਕਰ ਰਹੇ ਹਾਂ ਬਈ ਸਾਰਥੀ ਕੇ ਨੂੰ ਹਾਰਟ ਅਟੈਕ ਆਇਆ ਬਾਈ ਕੈਨੇਡਾ ਦੇ ਵਿੱਚ ਹਾਂਜੀ ਵੀਰੇ ਸਾਰਥੀ ਕੇ ਬਹੁਤ ਮਸ਼ਹੂਰ ਪੰਜਾਬੀ ਸਿੰਗਰ ਆਪਣੇ ਨੇੜੇ ਦਾ ਹੀ ਆ ਉਹ ਬਾਈ ਦਾ ਗਾਣਾ ਸੁਣਿਆ ਹੋਣਾ ਪਟਿਆਲਾ ਟੱਚ ਤੇ ਛੱਲਾ ਹਾਂ ਤੇ ਆਪਣੇ ਨਾਭਾ ਪਿੰਡ ਆਪਣੇ ਕੋਲ ਨਾਭੇ ਦੇ ਨੇੜੇ ਆ ਸ਼ਹਿਰ ਤੇ ਬਾਈ ਇੱਕ ਗੱਲ ਹੋਰ ਦੇਖੀ ਇੱਕ ਵੀਡੀਓ ਹੋਰ ਆਈ ਆ ਉਹਦੇ ਵਿੱਚ ਛੱਲਾ ਸੌਂਗ ਗਾ ਰਿਹਾ ਸਾਰਥੀ ਕੇ ਹਾਂ ਕੱਲੀ ਦੇਖ ਕੇ ਟਾਈਮ ਚਲੋ ਦੁਆ ਕਰਦੇ ਆ ਬਾਈ ਬਾਈ ਵੀ ਬਾਬਾ ਜਲਦੀ ਉਹਨਾਂ ਦਾ ਬਾਬਾ ਲਈ ਕਰੇ ਹਾਂ ਤੇ ਕਿਸੇ ਦੀ ਮਾਂ ਕੋਲੋਂ ਉਹਨਾਂ ਦਾ ਪੁੱਤ ਨਾ ਹੋਇਆ ਜਾਵੇ ਬਸ ਮੇਨ ਗੱਲ ਇਹ ਆ ਇੱਕ ਰੋਨਾਲਡੋ ਕ੍ਰਿਸਟੀਆਨੋ ਰੋਨਾਲਡੋ ਨਾਮ ਵੀ ਇਹਨਾਂ ਲੈਣਾ ਜਾਣੀ ਹੁੰਦਾ ਉਹਨੇ ਬਾਈ ਨੇ ਯੂਟਿਊਬ ਤੇ ਚੈਨਲ ਬਣਾਇਆ 15
15 ਘੰਟੇ 'ਚ ਸਿਰਫ 15 ਮਿਲੀਅਨ ਸਬਸਕ੍ਰਾਈਬਰ ਤੋਂ ਉੱਪਰ ਉਹਦੇ ਸਬਸਕ੍ਰਾਈਬਰ 15 ਘੰਟੇ ਮੈਂ ਸਵੇਰੇ ਦੇਖਿਆ ਲੋਕਾਂ ਦਾ ਸੁਪਨਾ ਆ ਹਨਾ 4-4-5 ਸਾਲ ਲੱਗ ਜਾਂਦੇ ਨੇ 15 ਮਿਲੀਅਨ ਕਰਨ ਨੂੰ ਬੰਦੇ ਨੇ ਮਿੰਟਾਂ 'ਚ ਦੀ ਇੱਕ ਦਿਨ 'ਚ ਪਲੇ ਬਟਨ ਆ ਗਿਆ ਇੱਕ ਦਿਨ 'ਚ ਸਾਰਾ ਸਿਲਵਰ ਆ ਗਿਆ ਪਲੇ ਗੋਲਡ ਆ ਗਿਆ ਸਾਰੀ ਸਿਲਵਰ ਵੀ ਆ ਗਿਆ ਬਈ ਡਾਇਮੰਡ ਵੀ ਆ ਗਿਆ ਡਾਇਮੰਡ ਸੌਰੀ ਡਾਇਮੰਡ ਵੀ ਆ ਗਿਆ ਡਾਇਮੰਡ ਵੀ ਆ ਗਿਆ ਇੱਕੋ ਦਿਨ ਦੇ ਵਿੱਚ ਵਿੱਚ ਅੱਜ ਸਵੇਰੇ ਹੁਣ ਮੈਂ ਚੈੱਕ ਕਰਕੇ ਆਇਆ ਸੀ 25 ਪਲੱਸ ਹੋ ਗਏ 25 ਮਿਲੀਅਨ ਮੈਂ ਚੈੱਕ ਕਰਦੇ 22 ਮਿਲੀਅਨ ਤੇ ਜਦੋਂ ਮੈਂ ਚੈੱਕ ਕਰਿਆ ਮੈਂ ਹੁਣ 25 ਚੈੱਕ ਕਰਕੇ ਆਇਆ ਸੀ 25 ਹੋਇਆ ਇੱਥੇ ਮੇਰੇ 30,000 ਮਸਾ ਹੋਏ ਨੇ ਯਾਰ ਚਾਰ ਚਲੋ ਬਾਬਾ ਉਹ ਅਸਲ 'ਚ ਸਟਾਰ ਹੈ ਬਹੁਤ ਬੜਾ ਯਾਰ ਉਹ ਆਪਣੇ ਇੰਡੀਆ 'ਚ ਨਾ ਫੁੱਟਬਾਲ ਇਹਨਾਂ ਉਹ ਨਹੀਂ ਕਰਦੇ ਤਾਂ ਨਹੀਂ ਆਪਣੇ ਕ੍ਰੇਜ਼ ਨਹੀਂ ਹੈਗਾ ਹਾਂ ਬਹੁਤ ਘੱਟ ਲੋਕਾਂ ਨੂੰ ਪਤਾ ਮਤਲਬ ਜਿੱਥੇ ਹੈਗਾ ਕ੍ਰੇਜ਼ ਹੈਗਾ ਪਰ ਆਪਣੇ ਏਰੀਆ ਦੇ ਵਿੱਚ ਵੈਸੇ ਏਰੀਆ ਕੀ ਆਪਣੇ ਪੰਜਾਬ ਦੇ ਵਿੱਚ ਬੜਾ ਘੱਟ ਹੈ ਪਰ ਉਹਦੇ ਯਾਰ ਇੰਸਟਾਗ੍ਰਾਮ ਤੇ 600 ਤੋਂ ਉੱਪਰ 36 ਮਿਲੀਅਨ ਉਹਦੇ ਸਬਸਕ੍ਰਾਈਬ ਉਹ ਫੋਲੋਅਰ ਨੇ ਇੰਸਟਾਗ੍ਰਾਮ ਦੇ ਉੱਪਰ ਤੇ ਉਹ ਤਾਂ ਯਾਰ ਉਹ ਨਹੀਂ ਤੈਨੂੰ ਦੇਖਿਆ ਦੀ ਉਹ ਪਹਿਲਾਂ ਉਹ ਕੋਕ ਦੀ ਬੋਤਲ ਚੱਕ ਕੇ ਆਇਆ ਤੂੰ ਐਂ ਰੱਖ ਨਹੀਂ ਏਦਾਂ ਨਹੀਂ ਮਤਲਬ ਉਹ ਨਾ ਪਾਣੀ ਮੈਂ ਇੰਟਰਵਿਊ ਉਹ ਕਰ ਰਿਹਾ ਸੀ ਉਹਦੀ ਨਾ ਫੁੱਟਬਾਲ ਦੇ ਮੈਚ ਤੋਂ ਬਾਅਦ ਹੋ ਰਿਹਾ ਸੀ ਠੀਕ ਹੈ ਉਹ ਕੀ ਕਰਿਆ ਕੋਕ ਦੀ ਬੋਤਲ ਪਈ ਸੀ ਅਤੇ ਕੋਲ ਉਹਦੇ ਕੋਲ ਵਾਟਰ ਦੀ ਬੋਤਲ ਪਈ ਸੀ ਉਹਨੇ ਮਤਲਬ ਕੋਕ ਦੀ ਬੋਤਲ ਸਿਰਫ ਇੱਦਾਂ ਹੀ ਸਾਈਡ 'ਤੇ ਕੀਤੀ ਚੱਕ ਕੇ ਵੀ ਕੁਛ ਨਹੀਂ ਰੱਖਿਆ ਉਹਨੇ ਸਿਰਫ ਇੱਦਾਂ ਹੀ ਸਾਈਡ 'ਤੇ ਕਰਕੇ ਪਾਣੀ ਦੀ ਬੋਤਲ ਚੱਕੀ ਉਸ ਚੀਜ਼ ਨਾਲ ਕੋਕ ਨੂੰ ਇੰਨਾ ਨੁਕਸਾਨ ਹੋਇਆ ਨਾ ਮਤਲਬ ਸਟੋਕ ਇੰਨਾ ਗਿਰਿਆ ਕੋਕ ਉਸ ਸਾਲ ਦੇ ਵਿੱਚ 5-6 ਸਾਲ ਪਿੱਛੇ ਬੈਕ ਚੱਲ ਗਈ ਸੀ ਕੋਕ ਦੀ ਕੰਪਨੀ ਆ ਜਿਹੜੀ ਅਤੇ ਉਹ ਵਾਟਰ ਵਾਟਰ ਉੱਥੇ ਉਸ ਚੀਜ਼ ਦੇ ਸ਼ੇਅਰ ਬੜੇ ਅੱਪ ਹੋਏ ਆ ਤੇ ਇੱਕ ਨਾ ਬਈ ਜੌਨ ਅਬਰਾਹਮ ਆ ਆਪਣਾ ਐਕਟਰ ਬਾਲੀਵੁੱਡ ਦਾ ਹਨਾ ਉਹ ਇੱਕ ਕੰਟਰੋਵਰਸੀ ਚੱਲ ਰਹੀ ਉਹਦੇ ਖਿਲਾਫ ਉਹਨੇ ਨਾ ਇੱਕ ਇੰਟਰਵਿਊ 'ਚ ਕਹਿਤਾ ਵੀ ਭਾਰਤ ਦੇ ਵਿੱਚ ਕੁੜੀਆਂ ਜਵਾਕ ਤੇ ਐਨੀਮਲ ਸੇਫ ਨਹੀਂ ਸੇਫ ਨਹੀਂ ਹੈਗੇ ਹਾਂਜੀ ਤੇ ਬਹੁਤ ਲੋਕ ਇਹ ਉਹਨੂੰ ਕਹਿ ਰਹੇ ਨੇ ਵੀ ਤੈਨੇ ਇਹ ਚੀਜ਼ ਕਿਉਂ ਕਹੀ ਕਿਉਂ ਕਹੀ ਹਨਾ ਤੇ ਅਸਲ 'ਚ ਜਦੋਂ ਘਟਨਾਵਾਂ ਆਪਣੇ ਸਾਹਮਣੇ ਆਉਂਦੀਆਂ ਨੇ ਹਨਾ ਜਵਾਕਾਂ ਨਾਲ ਵੀ ਰੇਪ ਹੋ ਜਾਂਦਾ 2-2 ਸਾਲ ਤੇ ਕੁੜੀਆਂ ਨਾਲ ਤੇ ਹਨਾ ਪਿੱਛੇ ਜੇ ਕੋਲਕਾਤਾ ਕੋਈ ਮਣੀਪੁਰ ਵਾਲਾ ਹੋ ਗਿਆ ਮਣੀਪੁਰ ਵਾਲਾ ਹੋ ਗਿਆ ਵੀਰੇ ਤੇ ਇੱਕ ਹੁਣ ਹੋਇਆ ਇੱਕ ਆਪਣੇ ਪੰਜਾਬ ਦੀ ਕੁੜੀ ਨਾਲ ਹੋਇਆ ਉਹ ਯੂਪੀ ਦੇ ਵਿੱਚ ਹੋਇਆ ਯੂਪੀ ਦੇ ਵਿੱਚ ਹੋਇਆ ਤੇ ਇੱਕ ਬੱਚਿਆਂ ਦੇ ਨਾਲ ਰੇਪ ਹੋਇਆ ਹੁਣ ਉਹ ਬਦਲਾਪੁਰ ਉਹ ਐਮਪੀ ਦੇ ਵਿੱਚ ਆ ਵੀਰੇ ਉਹ ਮਤਲਬ ਉਹ ਦੇਖ ਲਓ ਵੀ 3-4 ਸਾਲ ਦੀ ਏਜ ਆ ਕੁੜੀਆਂ ਦੀ ਠੀਕ ਹੈ ਦੋਨਾਂ ਦੀ ਉਹ ਕਲਾਸ ਰੂਮ ਦੇ ਵਿੱਚ ਵਾਸ਼ਰੂਮ ਜਾਂਦੀਆਂ ਨੇ ਠੀਕ ਹੈ ਕੋਈ ਨਾਲ ਕੰਮ ਕਰਦਾ ਸੀ ਉੱਥੇ ਠੀਕ ਹੈ ਚਪੜਾਸੀ ਤੀ ਜਾਂ ਪਤਾ ਨਹੀਂ ਕੀ ਸੀ ਉੱਥੇ ਕੋਈ ਠੀਕ ਹੈ ਮਤਲਬ ਉਹ ਬੰਦੇ ਨੇ ਜਾ ਕੇ ਬੱਚੀਆਂ ਵੀ ਨਹੀਂ ਛੱਡੀਆਂ ਯਾਰ ਉਹ ਤਾਂ ਪ੍ਰਵੀਨ ਵੀਰ ਇਹ ਲਾ ਲਓ ਤੁਸੀਂ ਵੀ ਨਾ ਉਹ ਕੁੜੀਆਂ ਨੂੰ ਮਤਲਬ ਬਾਅਦ 'ਚ ਜਦੋਂ ਉਹਨਾਂ ਦਾ ਰੇਪ ਵਗੈਰਾ ਕਰਤਾ ਜਾਂ ਉਹ ਕਰਤਾ ਠੀਕ ਹੈ ਕਰਨ ਤੋਂ ਬਾਅਦ ਜਦੋਂ ਕਲਾਸ ਰੂਮ 'ਚ ਜਾਂਦੀ ਉੱਥੇ ਕਿਸੇ ਨੂੰ ਮਤਲਬ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ ਉਹ ਤਾਂ ਕੁੜੀਆਂ ਨੇ ਜਾ ਕੇ ਮਤਲਬ ਡਰ ਜਾਂਦੀ ਇੰਨਾ ਸਹਿਮ ਜਾਂਦੀਆਂ ਨੇ ਉਹ ਟੀਚਰ ਅੱਗੇ ਕੁਛ ਵੀ ਨਹੀਂ ਬੋਲਦੀਆਂ ਠੀਕ ਹੈ ਜਦੋਂ ਉਹ ਘਰ ਜਾਂਦੀਆਂ ਨੇ ਛੁੱਟੀ ਹੁੰਦੀ ਆ ਮਤਲਬ ਛੁੱਟੀ ਦਾ ਟਾਈਮ ਹੁੰਦਾ ਛੁੱਟੀ ਤੋਂ ਬਾਅਦ ਜਦੋਂ ਘਰ ਹੈ ਨਾ ਥੋੜ੍ਹਾ ਜਿਹਾ ਮਾਪਿਆਂ ਨੂੰ ਪਤਾ ਹੀ ਚੱਲ ਜਾਂਦਾ ਵੀ ਕਿੱਦਾਂ ਦਾ ਬੱਚੇ ਨਾਲ ਕੀ ਸਿਸਟਮ ਹੈ ਨਾ ਜਦੋਂ ਥੋੜ੍ਹੀ ਚੇਂਜਸ ਆ ਜਾਂਦੇ ਨੇ ਵੀ ਬੱਚੇ ਬੋਲਦੇ ਨੇ ਜਾਂ ਉਹ ਨਹੀਂ ਤਾਂ ਉਹਦੇ ਘਰਦਿਆਂ ਨੂੰ ਦੱਸਿਆ ਉਹਨੇ ਆਪਣੇ ਬੱਚਿਆਂ ਨੇ ਆਪਣੇ ਪੇਰੈਂਟਸ ਨੂੰ ਦੱਸਿਆ ਅਤੇ ਠੀਕ ਹੈ ਪੇਰੈਂਟਸ ਨੇ ਜਦੋਂ ਆ ਕੇ ਸਕੂਲ ਦੇ ਵਿੱਚ ਗੱਲ ਕਰੀ ਠੀਕ ਹੈ ਪਹਿਲੀ ਗੱਲ ਤਾਂ ਉਹਨਾਂ ਨੇ ਬੱਚਿਆਂ ਨੂੰ ਉਹਨੂੰ ਟਾਲਤਾ ਵੀ ਮਤਲਬ ਇੱਦਾਂ ਦਾ ਕੋਈ ਹੋ ਹੀ ਨਹੀਂ ਸਕਦਾ ਜਾਂ ਨਹੀਂ ਹੋ ਸਕਦਾ ਹਨਾ ਬੱਚੀ ਇੱਥੋਂ ਸੇਫ ਗਈਆਂ ਨੇ ਆ ਗਈਆਂ ਨੇ ਤੁਹਾਡੇ ਕੋਈ ਉਹ ਹੋ ਸਕਦਾ ਅਤੇ ਜਦੋਂ ਉਹਨਾਂ ਨੇ ਥਾਣੇ ਦੇ ਵਿੱਚ ਕੰਪਲੇਂਟ ਲਿਖਾਈ ਅਤੇ ਉਹ ਕੰਪਲੇਂਟ ਵੀ ਉਹਨਾਂ ਨੂੰ ਮਤਲਬ ਇੱਦਾਂ ਹੀ ਖੱਜਲ ਖੁਆਰ ਕੀਤਾ ਗਿਆ ਫਿਰ ਉਹਨਾਂ ਨੇ ਮਤਲਬ ਸਕੂਲ ਦੇ ਵਿੱਚ ਜਿਹੜੇ ਆਪਣੇ ਪਿੰਡ ਜਿੱਥੇ ਪਿੰਡ ਸੀ ਉੱਥੇ ਬਦਲਾਪੁਰ ਉੱਥੇ ਦੇ ਇਕੱਠੇ ਹੋਏ ਸਰਪੰਚ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਕੂਲ ਦੇ ਵਿੱਚ ਜਾ ਕੇ ਭੰਨ ਤੋੜ ਹੋਈ ਆ ਠੀਕ ਹੈ ਮੀਡੀਆ ਬੁਲਾਇਆ ਗਿਆ ਉੱਥੇ ਫਿਰ ਜਾ ਕੇ ਥੋੜ੍ਹੀ ਜਿਹੀ ਗੱਲ ਉੱਪਰ ਗਈ ਆ ਉੱਪਰ ਜਾਣ ਤੋਂ ਬਾਅਦ ਕੀ ਹੋਇਆ ਵੀਰ
ਉੱਥੇ ਨਾ ਜਦੋਂ ਫਿਰ ਪ੍ਰੈਸ ਬੁਲਾਈ ਗਈ, ਪ੍ਰੈਸ ਬੁਲਾਉਣ ਤੋਂ ਬਾਅਦ ਤੁਹਾਨੂੰ ਪਤਾ ਵੀ ਥੋੜ੍ਹੀ ਜਿਹੀ ਖਬਰ ਉੱਪਰ ਤਾਂ ਜਾਂਦੀ ਆ ਹੈ ਨਾ, ਉਹ ਜੋ ਥਾਣੇ ਵਾਲੇ ਨੂੰ ਵੀ ਹੋ ਗਿਆ ਵੀ ਇੱਦਾਂ ਵੀ ਉਹ ਕਰਨਾ ਚਾਹੀਦਾ, ਉਹਨਾਂ ਨੇ ਕੰਪਲੇਂਟ ਰਜਿਸਟਰ ਕਰੀ ਉਹਨਾਂ ਦੀ, ਕਰਵਾਉਣ ਤੋਂ ਬਾਅਦ ਉਹ ਬੰਦਾ ਤੀ ਜਿਹੜਾ ਭੱਜ ਗਿਆ ਉਹ ਜਿਹਨੇ ਉਹ ਕਰਿਆ ਸੀ, ਠੀਕ ਹੈ, ਜਦੋਂ ਤਹਿਕੀਕਾਤ ਹੁੰਦੀ ਹੈ ਵੀ ਇਹ ਚੀਜ਼ ਆ। ਅਤੇ ਬਦਲਾ ਐਮ ਪੀ ਦੇ ਵਿੱਚ ਦੇਖੋ ਲੋਕਾਂ ਦਾ ਇੰਨਾ ਪ੍ਰਦਰਸ਼ਨ ਵੱਧ ਗਿਆ ਇਸ ਚੀਜ਼ ਨੂੰ ਲੈ ਕੇ ਹੀ, ਉਹਨੇ ਜੌਨ ਅਬਰਾਹਮ ਨੇ ਇਹ ਗੱਲ ਕਹੀ ਸੀ ਵੀਰੇ ਵੀ ਬੱਚੀਆਂ ਨਹੀਂ ਸੇਫ ਹੈਗੀਆਂ, ਉਹ ਨਹੀਂ ਸੇਫ ਹੈਗਾ, ਠੀਕ ਹੈ, ਟ੍ਰੇਨਾਂ ਬੰਦ ਕਰੀਆਂ ਗਈਆਂ ਉੱਥੇ, ਤੁਸੀਂ ਦੇਖਿਆ ਹੋਣਾ ਖਬਰਾਂ ਦੇ ਵਿੱਚ, ਪਤਾ ਨਹੀਂ ਕਾਫੀ ਬਹੁਤ ਜ਼ਿਆਦਾ ਹੋ ਰਿਹਾ ਵੀਰੇ ਲੋਕਾਂ ਨੇ, ਮਤਲਬ ਪੂਰਾ ਨਾ ਜਿੱਦਾਂ ਕਲਕੱਤਾ ਦੇ ਵਿੱਚ ਲੋਕਾਂ ਨੇ ਯੂਨਿਟੀ ਦਿਖਾਈ ਆ ਹੈ ਨਾ, ਮਤਲਬ ਵੀ ਮੋਮਬੱਤੀਆਂ ਬਾਲਣ ਨਾਲ ਨਹੀਂ ਕੁਛ ਹੋਣਾ ਵੀਰ, ਠੀਕ ਹੈ, ਅਤੇ ਉਹਨਾਂ ਨੂੰ ਚੱਕਾ ਜਾਮ ਕਰਨਾ ਪੈਣਾ, ਠੀਕ ਹੈ, ਵਧੀਆ ਤਰੀਕੇ ਨਾਲ, ਅਤੇ ਆਪਣਾ ਕੀ ਕਹਿੰਦੇ ਆ, ਤਾਂ ਹੀ ਇਹ ਚੀਜ਼ ਨੂੰ ਕਾਬੂ ਪਾਇਆ ਜਾ ਸਕਦਾ, ਇੱਦਾਂ ਨਹੀਂ ਹੋਣਾ ਹੈਗਾ ਉਹ ਚੀਜ਼ ਹੁਣ, ਮਤਲਬ ਕੋਈ ਉਹ ਸਰਕਾਰ ਵੀ ਉਹਦੇ ਨਾਲ ਪਤਾ ਨਹੀਂ ਕੀ ਚੱਕਰ ਹੋ ਜਾਂਦੇ, ਰੇਪ ਕਰਨ ਨਾਲ ਸਰਕਾਰ ਵੀ ਨਾਲ ਚੱਲ ਜਾਂਦੀ ਆ, ਪਤਾ ਨਹੀਂ ਕੀ ਚੱਕਰ ਆ ਅਸਲ 'ਚ, ਚੱਕਰ ਪਤਾ ਕੀ ਪੈ ਜਾਂਦਾ, ਜੋ ਸਕੂਲ ਆ ਹੈ ਨਾ ਉਹਦੀ ਮੈਨੇਜਮੈਂਟ 'ਚ ਕੋਈ ਬੜਾ ਬੰਦਾ ਹੁੰਦਾ, ਉਹਦੀ ਅੱਗੇ ਵੀ ਜਾਣ ਪਛਾਣ ਹੁੰਦੀ ਆ, ਅਤੇ ਉਹ ਜਿਹੜੀ ਅੱਗੇ ਜਾਣ ਪਛਾਣ ਹੁੰਦੀ ਆ ਨਾ, ਉਹ ਕੋਸ਼ਿਸ਼ ਕਰਦੇ ਵੀ ਸਾਡਾ ਇਹ ਦੋਸਤ ਆ ਪ੍ਰਿੰਸੀਪਲ, ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ, ਸਕੂਲ ਦੀ ਥੋੜ੍ਹੀ ਹਾਈਪ ਕਰਕੇ ਨਾ ਇਹ ਚੀਜ਼ਾਂ, ਜਾਂ ਕੋਈ ਕਾਲਜ ਦੇ ਵਿੱਚ ਬਹੁਤ ਗਲਤ ਗੱਲ ਹੈ ਨਾ ਇਹ, ਦੇਖ ਬਹੁਤ ਗੱਲਾਂ ਇਹੋ ਜਿਹੀਆਂ ਜਿਹੜੀ ਸਾਹਮਣੇ ਆ ਜਾਂਦੀਆਂ ਨੇ। ਹੁਣ ਜੇ ਬਾਈ ਚਾਂਸ ਉਹ ਕੁੜੀ ਦੇ ਮੰਮੀ ਡੈਡੀ ਆਪਣੀ ਬਦਨਾਮੀ ਕਾਰਨ ਹੈ ਨਾ ਕਹਿ ਦਿੰਦੇ ਵੀ ਚਲੋ ਜੋ ਹੋ ਗਿਆ ਹੋ ਗਿਆ, ਵੀ ਆਪਾਂ ਬਦਨਾਮੀ ਨਾ ਹੋਵੇ, ਬਦਨਾਮੀ ਨਾ ਹੋਵੇ, ਉਹ ਗੱਲ ਕਦੇ ਬਹੁਤ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਬਾਹਰ ਹੀ ਨਹੀਂ ਹੁੰਦੀਆਂ, ਬਾਹਰ ਹੀ ਨਹੀਂ ਆਉਂਦੀਆਂ ਹੈਗੀਆਂ ਕਿਸੇ ਦੇ ਹੈ ਨਾ, ਹਰ 2 ਮਿੰਟ ਦੇ ਵਿੱਚ ਕਹਿੰਦੇ ਆ ਵੀ ਇੱਕ ਅੱਧਾ ਰੇਪ ਤਾਂ ਹੋ ਰਿਹਾ, ਠੀਕ ਹੈ, ਆਪਣੇ ਇੰਡੀਆ ਦੇ ਵਿੱਚ ਇੱਦਾਂ ਦੇ ਮਾਲ, ਵੈਸੇ ਆਪਣੇ ਪੰਜਾਬ 'ਚ ਹਾਲਾਤ ਬਹੁਤ ਸਹੀ ਆ, ਆਪਣੇ ਪੰਜਾਬ 'ਚ ਹਾਲਾਤ ਬਹੁਤ ਜ਼ਿਆਦਾ ਸਹੀ ਆ, ਥੋੜ੍ਹਾ ਨਸ਼ੇ ਕਰਕੇ, ਨਸ਼ੇ ਕਰਕੇ ਥੋੜ੍ਹੀ ਜਿਹੀ ਪੰਜਾਬ 'ਚ ਉਹ ਆਉਂਦੀ ਆ, ਬਾਹਰ ਜਾਂਦੇ ਹਾਂ ਯੂਪੀ ਵਾਲੀ ਸਾਈਡ ਨਾ, ਅਤੇ ਇੱਕ ਗੱਲ ਚੀਜ਼ ਹੋਰ ਨੋਟ ਕਰੀ ਵੀਰੇ, ਜਿਹੜਾ ਕਲਕੱਤਾ ਦੇ ਵਿੱਚ ਕੁੜੀ ਦਾ ਰੇਪ ਹੋਇਆ ਸੀ, ਅਤੇ ਉਹਦੇ ਮਾਤਾ ਨੇ ਪਤਾ ਗੱਲ ਕੀ ਕਹੀ ਆ, ਦੇਖੋ ਪ੍ਰਾਊਡ ਫੀਲ ਹੁੰਦਾ ਮੈਨੂੰ ਬੜਾ ਹੋਇਆ ਉਹ ਚੀਜ਼ ਨੂੰ ਫੀਲ ਕੇ, ਕਹਿੰਦੇ ਵੀ ਜੇ ਕੋਈ ਸਰਦਾਰ ਹੁੰਦਾ ਨਾ ਤਾਂ ਵੀ ਸਾਡੇ ਕਾਲਜ ਉੱਥੇ ਵੀ, ਮਤਲਬ ਜਿੱਥੇ ਉਹ ਕੁੜੀ ਦਾ ਰੇਪ ਹੋਇਆ, ਵੀ ਜੇ ਕੋਈ ਸਰਦਾਰ ਵੀ ਉੱਥੇ ਕੋਈ ਡਿਊਟੀ 'ਤੇ ਹੁੰਦਾ ਤਾਂ ਮੇਰੀ ਬੱਚੀ ਸੇਫ ਹੁੰਦੀ ਅੱਜ। ਯਾਰ ਮੈਂ ਤਾਂ ਨਹੀਂ ਗੱਲ ਦੱਸਾਂ, ਚਲੋ ਆਪਣਾ ਜਿਵੇਂ ਮਰਜ਼ੀ ਮਾਹੌਲ ਆ, ਜੇ ਕੋਈ ਕੁੜੀ ਸੁਣੇ ਰਾਸਤੇ 'ਤੇ ਜਾ ਰਹੀ ਆ, ਜੇ ਉਹ ਦੇਖ ਲੈਣਾ ਵੀ ਅੱਗੇ ਇੱਕ ਸਰਦਾਰ ਜਾ ਰਿਹਾ, ਉਹਨੂੰ ਨਾ ਹੌਸਲਾ ਹੋ ਜਾਂਦਾ ਵੀ ਮੈਂ ਸੇਫ ਹਾਂ। ਸਹੀ ਗੱਲ ਹੈ, ਇਹ ਚੀਜ਼ ਤਾਂ ਚਲੋ ਹੈਗੀ ਆ, ਬਾਕੀ ਦੁਆ ਕਰਦੇ ਹਾਂ ਵੀ ਇੱਦਾਂ ਦਾ ਕਿਸੇ ਨਾਲ ਨਾ ਹੋਵੇ, ਨਾ ਹੋਵੇ, ਪਰ ਜਿਵੇਂ ਜੌਨ ਅਬਰਾਹਮ ਨੇ ਕਿਹਾ ਨਾ, ਅਤੇ ਵਧੀਆ ਗੱਲ ਆ ਵੀ ਬਾਲੀਵੁੱਡ ਦੇ ਕਿਸੇ ਸਟਾਰ ਨੇ ਨਾ ਇਹ ਮੁੱਦਾ ਚੱਕਿਆ, ਕਿਉਂਕਿ ਡਰਦੇ ਆ, ਐਕਟਰ ਬਚਦੇ ਨੇ ਵੀ ਡਰਦੇ ਆ, ਅਸੀਂ ਨਾ ਬੋਲੀਏ ਨਾ ਬੋਲੀਏ, ਅਤੇ ਚਲੋ ਅਤੇ ਆਪਣਾ ਇਹ ਬਾਲੀਵੁੱਡ ਵਾਲੇ ਮੈਨੂੰ ਇਹ ਚੀਜ਼ ਬੁਰੀ ਲੱਗਦੀ ਹੈ ਨਾ, ਫਿਲਮਾਂ 'ਚ ਤਾਂ ਇਹ ਬਹੁਤ ਜ਼ੋਰ ਕਰਦੇ ਨੇ ਵੀ ਆਹ ਕਰਿਆ ਸੀ ਉਹ ਕਰਿਆ, ਪਰ ਜਦੋਂ ਗੱਲ ਆ ਜਾਂਦੀ ਹੈ ਰਿਐਲਿਟੀ ਦੀ, ਰਿਐਲਿਟੀ ਦੀ, ਉੱਥੇ ਥੋੜਾ ਜਿਹਾ ਡਾਊਨ ਪੈ ਜਾਂਦੇ ਆ, ਪਤਾ ਨਹੀਂ ਕੋਈ ਪ੍ਰੈਸ਼ਰ ਪੈ ਜਾਂਦਾ ਉਹਨਾਂ 'ਤੇ ਜਾਂ ਕੁਛ, ਉਹਨਾਂ ਨੂੰ ਬਈ ਇੱਦਾਂ ਹੁੰਦਾ ਵੀ ਜੇ ਅੱਜ ਅਸੀਂ ਕਿਸੇ ਨੂੰ ਨਿਰਾਸ਼ ਕਰਤਾ ਕੱਲ੍ਹ ਨੂੰ ਸਾਡੇ ਫਿਲਮਾਂ ਨਹੀਂ ਦੇਖਣ, ਫਿਲਮ ਦੇਖਣੀਆਂ, ਸਹੀ ਗੱਲ, ਉਹ ਵੀ ਮਤਲਬ ਦੇਖੋ ਮੁੱਦਾ ਤਾਂ ਚੱਕਣਾ ਪੈਣਾ, ਲੋਕਾਂ ਨੂੰ ਇਮੋਸ਼ਨਲ ਕਰਕੇ ਵੀਡੀਓ ਚਲਾ ਲੈਂਦੇ ਆ ਹੈ ਨਾ, ਪਰ ਜਦੋਂ ਲੋਕਾਂ ਦਾ ਸਾਥ ਦੇਣ ਦਾ ਟਾਈਮ ਆਉਂਦਾ ਫਿਰ ਉਹ ਥੋੜ੍ਹਾ ਜਿਹਾ ਪੈਰ ਆਪਣਾ ਪਿੱਛੇ ਨੂੰ ਚੁੱਕਦੇ ਆ। ਤੇ ਫਿਲਮਾਂ ਤੋਂ ਯਾਦ ਆਇਆ ਵੀ ਯੁਵਰਾਜ ਸਿੰਘ ਦੀ ਫਿਲਮ ਬਣ ਰਹੀ ਆ, ਹਾਂ ਬਾਈ ਮੈਨੂੰ ਵਧੀਆ ਲੱਗਿਆ ਸੁਣ ਕੇ, ਟੀ ਸੀਰੀਜ਼ ਬਣਾ ਰਹੀ ਆ, ਹਾਂ ਬਹੁਤ ਟਾਈਮ ਤੋਂ ਗੱਲਾਂ ਚੱਲ ਰਹੀਆਂ ਵੀ ਯੁਵਰਾਜ ਦੀ ਜ਼ਿੰਦਗੀ 'ਤੇ ਫਿਲਮ ਬਣਨੀ ਚਾਹੀਦੀ, ਬਣਨੀ ਚਾਹੀਦੀ ਆ, ਕਿਉਂਕਿ ਯੁਵਰਾਜ ਬਹੁਤ ਬੜਾ ਖਿਡਾਰੀ ਹੋਇਆ ਯਾਰ, ਪਰ ਨਾ ਉਹਦੀ ਵੈਲਿਊ ਨਹੀਂ ਪਈ, ਨਹੀਂ ਨਹੀਂ ਵੀਰੇ ਸਹੀ ਗੱਲ ਆ, ਜਿਸ ਹਿਸਾਬ ਨਾਲ ਮਤਲਬ ਯੁਵਰਾਜ ਸਿੰਘ
ਸਿਕਸਰ ਕਿੰਗ ਹੋਰ ਵੀ ਬਹੁਤ ਬੜੇ ਬੜੇ ਪਾਰੀਆਂ ਰਹੀਆਂ ਨੇ ਯੁਵਰਾਜ ਸਿੰਘ ਦੀਆਂ ਹਨਾ, ਮਾੜਾ ਚੰਗਾ ਚਲੋ ਪਲੇਅਰ ਚਲੋ ਚੱਲਦੀ ਰਹਿੰਦਾ ਚੱਲਦਾ ਰਹਿੰਦਾ ਦੇਖੋ, ਪਰ ਯੁਵਰਾਜ ਇਹੋ ਜਿਹਾ ਪਲੇਅਰ ਵੀ ਨਹੀਂ ਮਿਲ ਸਕਦਾ ਸਕਿਪ ਕੀਤਾ ਜਾਂਦਾ ਅੱਜ ਵੀ ਇਹ ਯੁਵਰਾਜ ਮੇਰੇ ਯਾਦ ਆ ਵੀ ਚੌਥੇ ਪੰਜਵੇਂ ਜਾਂ ਛੇਵੇਂ ਐਵੇਂ ਕੁਛ ਨੰਬਰ ਤੇ ਖੇਡਦਾ ਹੁੰਦਾ ਸੀ ਹਨਾ, ਉਹਦੀ ਜਗ੍ਹਾ ਅੱਜ ਵੀ ਕੋਈ ਏਦਾਂ ਦਾ ਸਟਾਰ ਨਹੀਂ ਹੈਗਾ ਵੀ ਜਿਹੜਾ ਯੁਵਰਾਜ ਸਿੰਘ ਦੀ ਜਗ੍ਹਾ ਲੈ ਸਕੇ ਉਹ ਫਾਰਮੈਟ ਚ ਉੱਚ ਨਹੀਂ ਹੈਗਾ ਵੀਰੇ, ਕੋਈ ਵੀ ਨਹੀਂ ਹੈਗਾ। ਤੇ ਵਧੀਆ ਗੱਲ ਆ ਵੀ ਯੁਵਰਾਜ ਤੇ ਫਿਲਮ ਬਣਦੇ, ਕਿਉਂਕਿ ਨਾ ਯੁਵਰਾਜ ਦੀ ਜਿਹੜੀ ਸਟੋਰੀ ਹੈ ਉਹ ਮੋਟੀਵੇਸ਼ਨਲ ਥੋੜੀ ਜ਼ਿਆਦਾ ਮੋਟੀਵੇਸ਼ਨਲ ਆ ਵੀਰੇ। ਬਾਪੂ ਜ਼ਰੂਰ ਸਟਾਰ ਤੀ ਬਾਈ ਦਾ, ਹਾਂ ਪਹਿਲਾਂ, ਪਰ ਬਾਪੂ ਨੇ ਤੇ ਬੜਾ, ਪਰ ਬਾਪੂ ਨੇ ਮਿਹਨਤ ਬਹੁਤ ਕਰਾਈ ਹੈ ਵੀਰੇ, ਮਿਹਨਤ ਵੀ ਕਰੀ ਹੈ ਪਰ ਇਹਨੂੰ ਉਹ ਵੀ ਬਹੁਤ ਕਰਿਆ ਹਨਾ, ਗਾਈਡੈਂਸ ਦਿੱਤੀ ਇਹਨੂੰ ਉਹ ਚੀਜ਼ ਦੀ। ਕਿਤੇ ਨਾ ਕਿਤੇ ਪਹਿਲਾਂ ਯੁਵਰਾਜ ਨੂੰ ਲੱਗਦਾ ਸੀ ਵੀ ਮੇਰੇ ਨਾਲ ਗਲਤ ਹੋ ਰਿਹਾ ਵੀ ਮੇਰਾ ਬਾਪੂ ਜ਼ਿਆਦਾ ਸਟ੍ਰਿਕਟ ਆ ਹਨਾ, ਪਰ ਟਾਈਮ ਦੇ ਨਾਲ ਚਲੋ ਪਤਾ ਲੱਗਿਆ ਜਾਂਦਾ। ਮੈਂ ਇੰਟਰਵਿਊ ਦੇਖ ਰਿਹਾ ਸੀ ਇੱਕ ਯੁਵਰਾਜ ਨੂੰ, ਉਹ ਨਹੀਂ ਹੁੰਦਾ ਸਕੇਟਿੰਗ, ਕਹਿੰਦਾ ਮੈਨੂੰ ਉਹਦਾ ਸ਼ੌਂਕ ਸੀ ਮੈਂ ਉਹ 'ਚ ਕੁਛ ਕਰਨਾ ਸੀ, ਅਤੇ ਮੇਰੇ ਬਾਪੂ ਨੇ ਧੱਕੇ ਨਾਲ ਕਿਹਾ ਵੀ ਕ੍ਰਿਕਟ ਖੇਡ ਕ੍ਰਿਕਟ ਖੇਡ ਕ੍ਰਿਕਟ ਖੇਡ। ਦੇਖੋ ਆਪਾਂ ਨੂੰ ਲੱਗਦਾ ਹਨਾ ਵੀ ਘਰ ਦੇ ਕੋਈ ਪ੍ਰੈਸ਼ਰ ਪਾ ਰਿਹਾ ਜਾਂ ਚ, ਉਹ ਚੀਜ਼ ਸਹੀ ਹੁੰਦੀ ਹੈ ਵੈਸੇ ਕਿਸੇ ਹੱਦ ਤੱਕ ਆਪਣੇ ਲਈ ਘਰ ਦੇ ਜਵਾਕ ਨੂੰ ਇੱਦਾਂ ਲੱਗਦਾ ਨਾ ਵੀ ਜਵਾਕ ਨੂੰ ਉਹਨੂੰ ਇੱਕ ਟਾਈਮ 'ਤੇ ਆ ਕੇ ਪਤਾ ਲੱਗਦਾ ਜੇ ਬਾਈ ਚਾਂਸ ਯੁਵਰਾਜ ਸਕੇਟਿੰਗ 'ਚ ਜਾ ਰਿਹਾ ਹੁੰਦਾ ਤਾਂ ਉਹ ਜੇ ਯੁਵਰਾਜ ਸਿੰਘ ਨਾ ਹੁੰਦਾ, ਲੋਕਾਂ ਨੂੰ ਪਤਾ ਵੀ ਨਹੀਂ ਹੋਣਾ ਸੀ ਉਹਦੇ ਬਾਰੇ ਹਨਾ। ਮੈਂ ਨਾ ਇੰਟਰਵਿਊ ਦੇਖ ਰਿਹਾ ਸੀ, ਮੇਰੇ ਯਾਦ ਨਹੀਂ ਹੈਗਾ ਵੀ ਕੋਈ ਲੜਕੀ ਕਹਿ ਰਹੀ ਸੀ ਕੋਈ ਹਨਾ ਵਧੀਆ ਸੈਲੀਬ੍ਰਿਟੀ ਸੀ ਉਹ, ਵੀ ਘਰਦਿਆਂ ਨੇ ਨਾ ਬੜਾ ਪ੍ਰੈਸ਼ਰ ਪਾ ਕੇ ਰੱਖਿਆ ਮੈਨੂੰ, ਇੱਦਾਂ ਨਹੀਂ ਕੀਤਾ ਹੈਗਾ, ਮੈਨੂੰ ਆਹ ਨਹੀਂ ਜਾਣ ਦਿੱਤਾ ਜਾਂ ਨਹੀਂ ਕਰਨ ਦਿੱਤਾ ਹੈਗਾ ਘਰੋਂ, ਮਤਲਬ ਮੇਰੇ ਲਈ ਬੜੀਆਂ ਚੀਜ਼ਾਂ, ਅਤੇ ਉਹ ਅੱਜ ਸੋਚਦੇ ਹਨਾ ਮਾਹੌਲ ਨੂੰ ਦੇਖ ਕੇ ਸੋਚਦੇ ਆ ਉਹ ਵੀ ਜੋ ਕੀਤਾ ਸਹੀ ਕੀਤਾ ਹਨਾ। ਘਰਦਿਆਂ ਬਾਰੇ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਘਰਦੇ ਰੋਕ ਟੋਕ ਕਰਦੇ ਆ ਜਾਂ ਕਰਦੇ ਆ, ਮੈਨੇ ਆਹ ਕੁਛ ਕਰਨਾ ਸੀ ਹਨਾ, ਹਰ ਇੱਕ ਜਗ੍ਹਾ 'ਤੇ ਆਪਾਂ ਨੂੰ ਬੁਰੇ ਲੱਗਦੇ ਆ ਉਹ ਟਾਈਮ 'ਤੇ, ਕਿਉਂਕਿ ਫਿਰ ਆਪਣਾ ਜਿਹੜੀ ਲਾਈਫ ਦੀ ਆ ਨਾ ਜ਼ਿੰਦਗੀ ਦਾ ਆਪਣਾ ਪੀਰੀਅਡ ਹੀ ਇੱਦਾਂ ਦਾ ਇਹ ਵੀ ਆਪਾਂ ਨੂੰ ਯਾਰ ਕੋਈ ਰੋਕ ਕੇ ਟੋਕ ਕੇ ਨਾ ਕੋਈ ਸਹੀ ਸਲਾਹ ਦਏਗਾ ਆਪਾਂ ਨੂੰ ਬੁਰਾ ਲੱਗੇਗਾ ਉਹ ਚੀਜ਼ ਹਨਾ, ਅਤੇ ਘਰਦੇ ਵੀ ਆਪਾਂ ਨੂੰ ਇਹੀ ਲੱਗਦੇ ਹੁੰਦੇ ਆ ਵੀ ਉਹ ਚੀਜ਼ ਨਾ। ਅਤੇ ਮੈਂ ਯਾਰ ਇਹ ਵੀ ਛੱਡ, ਸਭ ਤੋਂ ਵੱਡੀ ਗੱਲ ਤੈਨੂੰ ਆਪਣੇ 'ਤੇ ਦੱਸਦਾ, ਜਦੋਂ 11ਵੀਂ 12ਵੀਂ 'ਚ ਪੜ੍ਹਦੇ ਤੇ ਪੂਰਾ ਜਵਾਨੀ ਦਾ ਜ਼ੋਰ, ਪੂਰਾ ਜ਼ੋਰ ਹਨਾ, ਵੀ ਇਹ ਲੱਗਦਾ ਸੀ ਵੀ ਅਸੀਂ ਹੋਵਾਂ ਕੋਈ ਨਹੀਂ ਹੈਗਾ, ਉਦੋਂ ਜਦੋਂ ਕੋਈ ਕਹਿੰਦਾ ਸੀ ਨਾ ਵੀ ਬਾਈ ਪੜ੍ਹ ਲਾ ਪੜ੍ਹ ਲਾ ਪੜ੍ਹ ਲਾ, ਉਹਨੂੰ ਕਹਿੰਦੇ ਤੇ ਯਾਰ ਤੂੰ ਤਾਂ ਫੁੱਦੂ ਆ, ਅਸੀਂ ਤਾਂ ਆਪ ਹੀ ਕਰ ਲਾਂਗੇ ਕੁਛ, ਪਰ ਹੁਣ ਪਤਾ ਲੱਗਿਆ ਵੀ ਫੁੱਦੂ ਸੀ ਤੇ ਹਨਾ, ਉਹ ਬੰਦਾ ਸਹੀ ਸੀ, ਸਹੀ ਸੀ, ਉਹਨੇ ਐਕਸਪੀਰੀਅੰਸ ਕਰ ਲਿਆ ਤੀ ਹਨਾ, ਜੋ ਚੀਜ਼ਾਂ ਆਪਾਂ ਨੇ ਫਿਊਚਰ 'ਚ ਕਰਨੀ ਤੀ ਉਹਨੇ ਐਕਸਪੀਰੀਅੰਸ ਕਰ ਲਿਆ, ਆਪਾਂ ਨੂੰ ਰੋਕ ਰਿਹਾ ਸੀ ਵੀ ਯਾਰ ਆਹ ਚੀਜ਼ ਨਾ ਕਰੋ ਵੀ ਤੁਸੀਂ ਆਪਣੇ ਫਿਊਚਰ 'ਤੇ ਧਿਆਨ ਦਿਓ, ਹੁਣ ਪਤਾ ਲੱਗਦਾ ਵੀ ਸਹੀ ਕਹਿ ਰਿਹਾ ਸੀ ਉਹ। ਹੁਣ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਆ 10ਵੀਂ 11ਵੀਂ ਵਾਲੇ ਨੂੰ ਆਪਾਂ ਕਹਿੰਦੇ ਆ ਉਹ ਬੁਰੇ ਲੱਗਦੇ ਆ ਆਪਾਂ, ਉਹ ਹੱਸਣ ਲੱਗ ਜਾਂਦੇ ਆ, ਉਹ ਕਰ ਲਾਂਗੇ ਕੋਈ ਨਹੀਂ, ਕੋਈ ਗੱਲ ਨਹੀਂ ਕਰ ਲਾਂਗੇ। ਤੇ ਟਾਈਮ ਹਰ ਬੰਦੇ ਨੂੰ ਸਿਖਾ ਦਿੰਦਾ, ਬੰਦੇ ਨੂੰ ਆਪਣੇ ਆਪ ਹੀ ਸਿਖਾ ਦਿੰਦਾ, ਕੋਈ ਕਰਨ ਦੀ ਲੋੜ ਨਹੀਂ। ਚੱਕਰ ਇਹ ਆ ਵੀ ਉਹ ਟਾਈਮ ਆਉਣ ਤੋਂ ਪਹਿਲਾਂ ਬੰਦੇ ਨੂੰ ਸਿੱਖਣਾ ਚਾਹੀਦਾ, ਬਹੁਤ ਘੱਟ ਲੋਕ ਹੁੰਦੇ ਜਿਹੜੇ ਇੱਦਾਂ ਉੱਤੇ ਵਰਕ ਕਰਦੇ ਆ, ਜਦੋਂ ਟਾਈਮ ਲੰਘ ਗਿਆ ਫਿਰ ਆਪਾਂ ਪਛਤਾਏ, ਕੋਈ ਫਾਇਦਾ ਨਹੀਂ ਹੈਗਾ ਬਾਈ ਉਹ ਚੀਜ਼ ਦਾ, ਆਪਾਂ ਵੀ ਵੈਸੇ ਕਿਸੇ ਹੱਦ ਤੱਕ ਪਛਤਾ ਹੀ ਰਹੇ, ਕਾਸ਼ ਹੁਣ ਆਪਾਂ ਯੂਟਿਊਬ ਦੀ ਗੱਲ ਕਰ ਲਈ ਹੈ ਨਾ, ਜੇ ਆਪਾਂ ਉਸ ਟਾਈਮ ਦੇ ਵਿੱਚ ਸ਼ੁਰੂ ਕੀਤਾ ਹੁੰਦਾ ਜਿਸ ਟਾਈਮ ਆਪਾਂ ਸਕਿਪ ਕਰਿਆ, ਅਸੀਂ ਯੂਟਿਊਬ ਸਟਾਰਟ ਕਰਿਆ ਸੀ 2016-17 ਚ, ਤੇ ਉਸ ਟਾਈਮ ਮੈਂ ਮੇਰੀ ਸਟੋਰੀ ਦੱਸਦਾ ਤੈਨੂੰ, ਮੈਂ ਨਾ ਕੌਮਿਕ ਬੁੱਕਸ ਹੁੰਦੀਆਂ ਨੇ ਜਿਹੜੀਆਂ, ਮੈਂ ਉਹਨਾਂ ਨੂੰ ਐਕਸਪਲੇਨ ਕਰਦਾ ਹੁੰਦਾ ਸੀ, ਅਤੇ ਉਹ ਮੈਂ ਚਲੋ ਵੀਡੀਓ ਪਾਈਆਂ, ਮੇਰੇ ਇੱਕ ਦੋਸਤ ਨੇ ਕਹਿਤਾ ਮੈਨੂੰ, ਕਹਿੰਦਾ ਯਾਰ ਵੀਡੀਓ ਵਧੀਆ ਤਾਂ ਹੁੰਦੀ ਨਹੀਂ ਤੇਰੀਆਂ, ਮੈਂ ਬਈ ਛੱਡ ਗਿਆ ਯਾਰ, ਬਸ ਇਹ ਚੀਜ਼ ਦੀ ਪ੍ਰੋਬਲਮ ਆ ਰਹੀ ਸੀ ਉਸ ਟਾਈਮ, ਕੰਟੀਨਿਊ ਕਰਿਆ ਹੁੰਦਾ ਆਪਾਂ ਵੀ, ਤੈਨੂੰ ਪਤਾ ਵੀ ਆਪਾਂ ਇੱਕ ਹੋਰ ਚੈਨਲ ਬਣਾਇਆ ਸੀ ਤੇਰੇ ਨਾਲ ਸੇਮ ਹੀ ਪੰਜਾਬੀ ਪੱਕੇ ਪੰਜਾਬੀ ਦੇ ਨਾਮ ਤੇ, ਇੱਕ ਹੋਰ ਪੇਜ ਬਣਾਏ ਸੀ ਉਹ ਵੀ ਪੰਜਾਬੀ ਪ੍ਰਮੋਟਰ ਸੀ ਇੱਕ, ਉੱਥੇ ਤਾਂ ਚਲੋ ਕਿਸੇ ਦੇ ਵੀਡੀਓ ਚੱਕ ਕੇ ਪਾਈ ਜਾਂਦੇ ਸੀ, ਕਾਪੀਰਾਈਟ ਆ ਜਾਂਦਾ ਸੀ ਉੱਥੇ, ਉਹ ਚੈਨਲ ਉੜ ਗਿਆ, ਫਿਰ ਅਸੀਂ ਸਕਿੱਟਾਂ ਬਣਾਉਣ ਲੱਗੇ ਫਨੀ ਵੀਡੀਓ, ਤੇ ਉਹ ਵੀ ਫਿਰ ਬਸ ਆਪ 'ਚ ਹੀ ਸਾਡੇ 'ਚ ਉਹ ਪੰਗੇ ਜੇ ਪਏ, ਅਤੇ ਉਹ ਤੋਂ ਬਾਅਦ ਉਹ ਵੀ ਨਹੀਂ ਸਾਡਾ ਚੱਲਿਆ, ਚਲੋ ਉਹ ਨਹੀਂ ਕਹਿੰਦੇ ਦੇਰ ਆਏ ਦਰੁਸਤ ਹੈ, ਦਰੁਸਤ ਹੈ ਪਰ ਜੋ। ਅਤੇ ਹੋਰ ਬਾਈ ਤੁਸੀਂ ਕੋਈ ਮੁੱਦੇ 'ਤੇ ਗੱਲ ਕਰਨੀ ਹੋਵੇ?
ਮੇਰੇ ਕੋਲ ਤਾਂ ਹੈ ਨਹੀਂ ਹੁਣ ਬਾਈ, ਕੋਈ ਮੁੱਦਾ ਹੀ ਨਹੀਂ ਲੈ ਕੇ ਆਇਆ ਦੱਸੋ ਪੋਡਕਾਸਟ ਲਈ, ਗਲਤ ਗੱਲਾਂ ਨੇ ਯਾਰ, ਯਾਦ ਤੇ ਭੁੱਲ ਗਿਆ। ਅਤੇ ਚਲੋ ਉਮੀਦ ਕਰਦੇ ਤੁਹਾਨੂੰ ਪੋਡਕਾਸਟ ਸਾਡਾ ਵਧੀਆ ਲੱਗਿਆ ਹੋਣਾ, ਹੈ ਨਾ। ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਦਿਨ ਬਾ ਦਿਨ ਇੰਪਰੂਵ ਕਰਦੇ ਰਹੀਏ, ਤਾਂ ਜ਼ਰੂਰੀ ਆ। ਹਾਂ, ਅਤੇ ਅਸੀਂ ਵੀ ਸੋਚਦੇ ਹਾਂ ਵੀ ਨਵੇਂ ਨਵੇਂ ਮੁੱਦੇ, ਕੋਈ ਇਹੋ ਜਿਹੇ ਮੁੱਦਿਆਂ 'ਤੇ ਗੱਲ ਕਰੀਏ ਜਿਹਦੇ ਬਾਰੇ ਬਾਕੀ ਲੋਕ ਨਹੀਂ ਕਰਨਾ ਚਾਹੁੰਦੇ ਗੱਲਾਂ, ਤਾਂ ਕਿ ਆਪਣੇ ਲੋਕਾਂ ਤੱਕ ਘੱਟੋ ਘੱਟ ਉਹ ਚੀਜ਼ਾਂ ਪਹੁੰਚਣ। ਅਤੇ ਇਹ 'ਚ ਸਾਨੂੰ ਵੀ ਤੁਹਾਡੇ ਸਪੋਰਟ ਦੀ ਜ਼ਰੂਰਤ ਆ। ਸੋ ਉਮੀਦ ਕਰਦੇ ਹਾਂ ਵੀ ਅੱਜ ਦਾ ਤੁਹਾਨੂੰ ਪੋਡਕਾਸਟ ਵਧੀਆ ਲੱਗਿਆ ਹੋਣਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਟਾਈਮ ਦਿੱਤਾ ਸਾਡੇ ਪੋਡਕਾਸਟ ਲਈ। ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੀ ਸਪੋਰਟ ਜ਼ਰੂਰ ਕਰਿਓ। ਧੰਨਵਾਦ ਜੀ।